ਸੰਗਰੂਰ ਚ ਆਪਣੀ ਮਹਿਲਾ ਮਿੱਤਰ ਨੂੰ ਜਨਮ ਦਿਨ ਦੀ ਪਾਰਟੀ ਤੇ ਲੈ ਕੇ ਜਾਣ ਤੋਂ ਬਾਅਦ ਅਮਨ ਅਰੋੜਾ ਦੇ ਨਾਲ ਹੋਈ ਮਾਰਕੁੱਟ ਦੇ ਮਾਮਲੇ ਚ ਅੱਜ ਅਮਨ ਅਰੋੜਾ ਦੇ ਰਿਸ਼ਤੇਦਾਰਾਂ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਲਾਲਬੱਤੀ ਚੌਂਕ ਤੇ ਧਰਨਾ ਦਿੱਤਾ ਗਿਆ। ਰਿਸ਼ਤੇਦਾਰਾਂ ਵੱਲੋਂ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਰੱਖੀ ਗਈ। ਰਿਸ਼ਤੇਦਾਰਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਤਦ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਉਧਰ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਵੀ ਲਗਾਏ ਨੇ। ਮੇਰਾ ਨਾਮ ਰਣਦੀਪ ਦਿਓਲ ਹੈ। ਕੀ ਕਹਿਣਾ ਚਾਹੁੰਦੇ ਹੋ ਤੁਸੀਂ, ਅੱਜ ਕੀ ਕਾਰਵਾਈ ਕੀਤੀ ਹੈ? ਪੁਲਿਸ ਪ੍ਰਸ਼ਾਸਨ ਜੋ ਸਿਟੀ ਦਾ SHO ਹੈ ਉਹਨਾਂ ਦੇ ਉੱਤੇ ਇੱਕ ਸਵਾਲੀਆ ਚਿੰਨ੍ਹ ਖੜਾ ਹੋਇਆ ਪਿਛਲੇ ਦਿਨਾਂ ਦੇ ਵਿੱਚ, ਕਿਉਂਕਿ ਅਸੀਂ SP ਸਾਹਿਬ ਨੂੰ ਮਿਲ ਕੇ ਇਹ ਬੇਨਤੀ ਕੀਤੀ ਸੀ ਕਿ ਜੋ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਕਾਫੀ ਲੰਬਾ ਸਮਾਂ ਹੋ ਗਿਆ। ਲੇਕਿਨ ਇੱਕ ਖਾਨਾ ਪੂਰਤੀ ਕਰਦੇ ਹੋਏ ਪੰਜਾਂ ਵਿੱਚੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਮੇਨ ਦੋਸ਼ੀ ਨੇ, ਇੱਕ ਦੋਸ਼ੀ ਦਾ ਨਾਮ ਹੀ ਬਾਹਰ ਹੈ ਅਤੇ ਇੱਕ ਦੋਸ਼ੀ ਸਰੇਆਮ ਧਮਕੀਆਂ ਦੇ ਰਿਹਾ। ਇੱਥੋਂ ਤੱਕ ਕਿ ਉਹ ਸੋਨੂੰ ਸੁਨਿਆਰਾ ਨਾਮ ਕੋਈ ਵਿਅਕਤੀ ਹੈ, ਉਹ ਜੋ ਸਾਡੇ ਵਾਲਮੀਕ ਕਾਸਟ ਹੁੰਦੀ ਹੈ ਉਹਦੇ ਬਾਰੇ ਗਲਤ ਬੋਲ ਰਿਹਾ, ਜੋ SC ST ਐਕਟ ਦੇ ਅਧੀਨ ਆਉਂਦਾ, ਅਤੇ ਉਹਦੇ ਪਰਚੇ ਦੀ ਵੀ ਬੇਨਤੀ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਨੂੰ। ਅਤੇ ਉਹਨਾਂ ਨੇ ਸਾਨੂੰ ਕੱਲ੍ਹ ਤੱਕ ਦਾ ਸਮਾਂ ਮੰਗਿਆ ਸਾਡੇ ਤੋਂ, ਅਤੇ ਜੋ ਵੀ ਕਾਗਜ਼ਾਤ ਨੇ ਜਾਂ ਸਾਡੇ ਕੋਲ ਰਿਕਾਰਡਿੰਗਸ ਨੇ ਉਹ ਅਸੀਂ DSP ਸਾਹਿਬ ਨੂੰ ਅੱਜ ਦੇਵਾਂਗੇ। ਉੱਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ 'ਚ 3 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀਆਂ 'ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਦੇਖੋ ਇਹਦੇ ਵਿੱਚ ਜਿਹੜੇ 4 ਦੋਸ਼ੀ ਬਾਈ ਨੇਮ ਸੀਗੇ, 1 ਦੋਸ਼ੀ ਬਾਈ ਨੇਮ ਨਹੀਂ ਸੀਗਾ, ਉਹਨਾਂ 'ਚੋਂ 3 ਦੋਸ਼ੀ ਗ੍ਰਿਫਤਾਰ ਕਰ ਲਏ ਆ। ਜਿਹੜੇ ਐਡਵੋਕੇਟ ਕਹਿ ਰਹੇ ਆ ਬਿਲਕੁਲ ਇਹਨਾਂ ਦਾ ਉਹਦੇ 'ਚ ਬਿਆਨ 'ਚ ਨਾ ਹੈਗਾ, ਉਹਦੇ ਸੰਬੰਧੀ ਵੀ ਅਸੀਂ ਸਾਰੀ ਆਪਣੀ ਤਫਤੀਸ਼ ਲਿਆ ਰਹੇ ਹਾਂ, ਜਿਹਦਾ ਵੀ ਰੋਲ ਆ ਉਹ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। 3 ਦੋਸ਼ੀ ਅਸੀਂ ਆਲਰੇਡੀ ਗ੍ਰਿਫਤਾਰ ਕਰ ਚੁੱਕੇ ਹਾਂ। ਸੰਗਰੂਰ ਤੋਂ ਸਚਿਨ ਤੰਜਸ ਦੀ ਰਿਪੋਰਟ, ਦੈਨਿਕ ਸਵੇਰਾ TV।